ਤੁਸੀਂ ਦੇਖ ਰਹੇ ਹੋ ਕਰੋਨਾ ਵਰਗੀ ਬਿਮਾਰੀ ਦੇ ਵਿੱਚ ਅੱਜ ਜਗਰਾਉਂ ਦੇ ਵਿੱਚ ਕੀ ਹੋਇਆ। ਬੈਂਕ ਆਫ ਇੰਡੀਆ ਹੈ ਸਾਡੇ ਪਿੱਛੇ, ਤੁਸੀਂ ਦੇਖ ਸਕਦੇ ਹੋ ਭਿਆਨਕ ਅੱਗ ਲੱਗੀ ਹੈ ਬੈਂਕ ਆਫ ਇੰਡੀਆ ਦੇ ਵਿੱਚ। ਫਾਇਰ ਬ੍ਰਿਗੇਡ ਸਰਵਿਸ ਅਤੇ ਪੁਲਿਸ ਦੇ ਵੱਡੇ ਉੱਚ ਅਧਿਕਾਰੀ ਵੀ ਇੱਥੇ ਪਹੁੰਚੇ ਹੋਏ ਨੇ। ਇਹ ਅੱਗ ਭਿਆਨਕ ਹੈ। ਅਸੀਂ ਜਦੋਂ ਅੰਦਰ ਨੇੜੇ ਤੱਕ ਗਏ ਸੀ ਤਾਂ ਇਹ ਸਾਹਮਣੇ ਆਇਆ ਕਿ ਧੂੰਏ ਨੇ ਇੱਕਦਮ ਬੁਰਾ ਹਾਲ ਕਰ ਦਿੱਤਾ। ਅੰਦਰ ਜਿੰਨਾ ਵੀ ਪਲਾਸਟਿਕ ਹੈ, ਬਾਕੀ ਜੋ ਵੀ ਬੈਂਕ ਦੇ ਵਿੱਚ ਸਮਾਨ ਹੁੰਦਾ, ਕੁਛ ਪੈਸੇ ਹੋਣਗੇ, ਸੋ ਉਹਨਾਂ ਨੂੰ ਅੱਗ ਲੱਗੀ। ਅੱਗ ਭਿਆਨਕ ਹੈ, ਤੁਸੀਂ ਦੇਖ ਸਕਦੇ ਹੋ ਅੱਗ ਦੇ ਸੀਨ। ਮੈਂ ਤੁਹਾਨੂੰ ਨੇੜੇ ਜਾ ਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗਾ। ਇਹ ਅੱਗ ਜਗਰਾਉਂ ਦੇ ਵਿੱਚ ਹੈ, ਜਗਰਾਉਂ ਦਾ ਬੈਂਕ ਆਫ ਇੰਡੀਆ ਇਹ ਜਿਹੜਾ ਪੈਂਦਾ ਹੈ, ਕੋਲਰ ਰੋਡ ਕਹਿੰਦੇ ਨੇ ਇਹਨੂੰ, ਕੋਲਰ ਰੋਡ 'ਤੇ ਭਿਆਨਕ ਅੱਗ ਲੱਗੀ ਹੈ। ਸੋ ਹੁਣ ਪਲੀਜ਼ ਤੁਸੀਂ ਦੇਖ ਸਕਦੇ ਹੋ ਆਪ ਅੰਦਰ ਜਾ ਕੇ ਫਾਇਰ ਸਰਵਿਸ ਜਿਹੜੇ ਅਧਿਕਾਰੀ ਨੇ, ਜਿਹੜੇ ਫਾਇਰਮੈਨ ਹੁੰਦੇ ਨੇ, ਉਹਨਾਂ ਨਾਲ ਆਪ ਅੰਦਰ ਗਈ ਹੈ ਅਤੇ ਅੰਦਰ ਜਾ ਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਬੈਂਕ ਆਫ ਇੰਡੀਆ, ਇਹ ਬੈਂਕ ਆਫ ਇੰਡੀਆ ਹੈ, ਤੁਸੀਂ ਦੇਖ ਸਕਦੇ ਹੋ ਅੱਗ ਬਹੁਤ ਭਿਆਨਕ ਹੈ। ਮੈਂ ਕੁਝ ਹੋਰ ਨੇੜੇ ਜਾ ਕੇ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ। ਤੁਸੀਂ ਦੇਖ ਸਕਦੇ ਹੋ ਵੱਡੇ ਪੱਖੇ ਲਾ ਕੇ ਜਿਹੜਾ ਧੂੰਆਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਧੂੰਆਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਬੈਂਕ ਆਫ ਇੰਡੀਆ ਦੇ ਵਿੱਚ ਭਿਆਨਕ ਅੱਗ ਲੱਗੀ ਹੈ। ਫਾਇਰ ਸਰਵਿਸ ਦੇ ਜਿਹੜੇ ਅਧਿਕਾਰੀ ਨੇ ਮੌਕੇ 'ਤੇ ਮੌਜੂਦ ਨੇ। ਫਾਇਰ ਬ੍ਰਿਗੇਡ ਦੀ ਗੱਡੀ ਜੋ ਕਿ ਪੰਜਾਬ ਫਾਇਰ ਸਰਵਿਸ ਜਗਰਾਉਂ ਦੀ ਹੈ, ਇਹ ਅੱਗ ਬੁਝਾਉਣ ਲਈ ਕਾਫ਼ੀ ਮੁਸ਼ੱਕਤ ਕਰ ਰਹੇ ਨੇ। ਤੁਸੀਂ ਦੇਖ ਸਕਦੇ ਹੋ ਐਗਜ਼ਾਸਟ ਫੈਨ ਜਿਹੜੇ ਵੱਡੇ ਪੱਖੇ ਨੇ ਉਹਨਾਂ ਨੂੰ ਐਜ਼ ਏ ਐਗਜ਼ਾਸਟ ਫੈਨ ਯੂਜ਼ ਕੀਤਾ ਜਾ ਰਿਹਾ ਹੈ। ਹਾਲਾਤ ਧੂੰਆਂ ਇੰਨਾ ਜ਼ਿਆਦਾ ਹੈ ਕਿ ਇੱਥੇ ਖੜ੍ਹਨਾ ਵੀ ਦੁੱਭਰ ਹੋਇਆ ਹੈ। ਖਾਸ ਗੱਲ ਇਹ ਹੈ ਕਿ ਧੂੰਆਂ ਭਿਆਨਕ ਹੈ। ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਬੈਂਕ ਆਫ ਇੰਡੀਆ ਹੈ, ਜਗਰਾਉਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ। ਮੈਂ ਕੋਸ਼ਿਸ਼ ਕਰਾਂਗਾ ਬੈਂਕ ਦੇ ਪਿਛਲੇ ਪਾਸੇ ਉੱਥੋਂ ਦੇ ਹਾਲਾਤ ਵੀ ਤੁਹਾਡੇ ਨਾਲ ਸਾਂਝੇ ਕੀਤੇ ਜਾਣ ਕਿ ਕਿਸ ਤਰੀਕੇ ਇਸ ਪਾਸਿਓਂ ਵੀ ਤੁਸੀਂ ਦੇਖ ਸਕਦੇ ਹੋ। ਇਹ ਬੈਂਕ ਦੀ ਬੈਕ ਸਾਈਡ ਹੈ ਜਿੱਥੇ ਮੈਂ ਇਸ ਸਮੇਂ ਜਾ ਰਿਹਾ ਹਾਂ। ਰੋਸ਼ਨਦਾਨ ਭੰਨ ਕੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਗਈ, ਅੱਗੇ ਚੱਲ ਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ। ਇਹ ਵਾਸ਼ਰੂਮ ਨੇ, ਵਾਸ਼ਰੂਮ ਦੀਆਂ ਜੋ ਖਿੜਕੀਆਂ ਸੀ ਉਹ ਤੋੜ ਕੇ ਅੰਦਰ ਜਾਇਆ ਗਿਆ ਹੈ ਤਾਂ ਜੋ ਅੱਗ 'ਤੇ ਕਾਬੂ ਪਾ ਸਕਿਆ। ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਜਿਹੜੀਆਂ ਟਾਕੀਆਂ ਸੀ ਇੱਥੇ ਲੱਗੀਆਂ ਸੀ, ਐਗਜ਼ੌਸਟ ਫੈਨ, ਇਹ ਸਾਰੇ ਭੰਨ ਕੇ ਇਸ ਪਾਸਿਓਂ ਅੰਦਰ ਵੜੇ ਨੇ, ਜਿਹੜੇ ਕਿ ਫਾਇਰ ਸਰਵਿਸ ਦੇ ਵਲੰਟੀਅਰ ਨੇ ਅਤੇ ਪੰਜਾਬ ਪੁਲਿਸ। ਧੂੰਆਂ ਹਜੇ ਵੀ ਆ ਰਿਹਾ ਹੈ, ਅੱਗ ਭਿਆਨਕ ਹੈ। ਸੋ ਫਿਰ ਤੁਹਾਨੂੰ ਮੇਨ ਗੇਟ ਵੱਲ ਲੈ ਚੱਲਦੇ ਹਾਂ। ਇਹ ਤਸਵੀਰਾਂ ਜੋ ਲਾਈਵ ਤੁਸੀਂ ਦੇਖ ਰਹੇ ਹੋ ਜਗਰਾਉਂ ਦੀਆਂ ਤਸਵੀਰਾਂ ਨੇ। ਬੈਂਕ ਆਫ ਇੰਡੀਆ ਦੇ ਵਿੱਚ ਭਿਆਨਕ ਅੱਗ ਲੱਗੀ ਹੋਈ ਹੈ। ਸੋ ਤੁਸੀਂ ਦੇਖ ਰਹੇ ਹੋ ਤਸਵੀਰਾਂ, ਫਿਰ ਅਸੀਂ ਤੁਹਾਨੂੰ ਲੈ ਪਹੁੰਚੇ ਹਾਂ। ਸੋ ਆਮ ਲੋਕ ਜਿਹੜੇ ਫਾਇਰਮੈਨ ਨੇ ਉਹਨਾਂ ਨੂੰ ਪਾਣੀ ਪਿਆ ਜਾ ਰਿਹਾ ਹੈ। ਗੈਸ ਸਿਲੰਡਰ ਅੰਦਰ ਨਹੀਂ ਹੈ, ਜਿਹੜੀ ਅੰਦਰੋਂ ਖਬਰ ਆ ਰਹੀ ਹੈ ਗੈਸ ਸਿਲੰਡਰ ਅੰਦਰ ਨਹੀਂ ਹੈ। ਜਿਹੜੇ ਅਧਿਕਾਰੀ ਅੰਦਰੋਂ ਆਏ ਨੇ, ਅੱਗ ਬੁਝਾਊ ਜਿਹੜਾ ਅਮਲਾ ਹੈ ਅੰਦਰੋਂ ਆਇਆ, ਉਹਨਾਂ ਨੇ ਦੱਸਿਆ ਕਿ ਅੰਦਰ ਕੋਈ ਵੀ ਗੈਸ ਸਿਲੰਡਰ ਨਹੀਂ ਹੈ। ਸੋ ਇਹ ਤਸਵੀਰਾਂ ਤੁਹਾਨੂੰ, ਸਿੱਧੀਆਂ ਤਸਵੀਰਾਂ ਸਾਡੇ ਦਰਸ਼ਕਾਂ ਤੱਕ ਪਹੁੰਚ ਰਹੀਆਂ ਨੇ। ਤੁਸੀਂ ਦੇਖ ਰਹੇ ਹੋ ਕਿ ਕਿੰਨੀ ਭਿਆਨਕ ਅੱਗ ਹੈ। ਪੁਲਿਸ ਬਾਰ ਬਾਰ ਸੋਸ਼ਲ ਡਿਸਟੈਂਸ ਬਣਾਉਣ ਨੂੰ ਕਹਿ ਰਹੀ ਹੈ। ਅੱਗੇ ਇਹ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਬੈਂਕ ਆਫ ਇੰਡੀਆ ਤੋਂ, ਜਿਹੜੇ ਵੱਡੇ ਪੱਖੇ ਨੇ ਐਗਜ਼ਾਸਟ ਫੈਨ ਬਣਾ ਕੇ ਉਹਨਾਂ ਨੂੰ ਵਰਤਿਆ ਗਿਆ ਹੈ। ਇਹਨਾਂ ਦੇ ਨਾਲ ਧੂੰਆਂ ਬਾਹਰ ਨੂੰ ਸੁੱਟਿਆ ਜਾ ਰਿਹਾ ਹੈ। ਧੂੰਆਂ ਖਤਰਨਾਕ ਹੈ। ਫਿਲਹਾਲ ਅੱਗ ਅੰਦਰ ਜਾ ਰਹੀ ਹੈ ਜਿੰਨੀ ਸਾਡੀ ਅਧਿਕਾਰੀਆਂ ਨਾਲ ਗੱਲ ਹੋਈ ਹੈ। ਤੁਸੀਂ ਦੇਖ ਰਹੇ ਹੋ ਜਿਹੜੇ ਕਿ ਖੁਦ ਅੰਦਰ ਜਾ ਕੇ ਆਏ ਨੇ, ਉਹਨਾਂ ਦੀ ਵਰਦੀ ਤੋਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਗਿੱਲੀ ਹੈ। ਸਰ ਕਿੰਨੀ ਕੁ ਭਿਆਨਕ ਅੱਗ ਹੈ ਜੀ?
शॉर्ट सर्किट हो काफ़ी अग लगी है अंदर जी, मतलब फायर ब्रिगेड भी भजा रही है। बैंक के हजे चाबियां नहीं सी, बैंक को तोड़े बड़े हुए पुलिस कर्मचारी बड़े हुए काम कर रहे हैं। देखो थोड़ी देर तक काबू आ जाए। फिलहाल की कारण सामने आ रहे हैं? खुद पानी का पाइप लैके अंदर गए थे। तस्वीर डेली पोस्ट से लाइव देख रहे हो जो दिखाई जा रही ने। प्लीज़ पंजाब पुलिस हर वार तुसी देख सकते हो, इस वार घट्टो घट जे हर वार साडे काम आउंदी तां इस वार फिर अंदर जा रहे ने। तुसी देख रहे हो लाइव जिहड़े फायर सर्विस दे जिहड़े अधिकारी ने जिहड़े ये फायर ब्रिगेड की गड्डी लैके आए ने खुद फिर अंदर गए ने। तो थानू कोशिश करांगे आने वाले समय दे विच अंदरलियां तस्वीरां भी जे हो सके तो थानू दिखाउण दी कोशिश करांगे। फिलहाल धुआं बहुत ज़्यादा है इसलिए दिक्कत आ रही है, दिक्कत इत्थे तक आ रही है कि इतने खड़ना मुश्किल है क्योंकि वड्डे पखे ला के एग्जास्ट फैन के तौर पर वड्डे पखे वरते गए हैं। ता जो तुम देख सकते हो पुलिस स्कूटर मार रही है ता जो कट ना हो, सोशल डिस्टेंस का ख्याल रखा जाए। ये तस्वीर सीधिया जगराओं तो थानू बैंक ऑफ इंडिया के बाहरों असी दिखा रहे हैं। जिमें कि थानू पता है कि बाहर खड़िया ऑक्सीजन की थोड़ी दिक्कत आ रही है, तो जोड़े अधिकारी जोड़े फायर ब्रिगेड के जोड़े जोड़े सर्विसमैन ने किस तरीके अंदर जाते हो क्योंकि सह नहीं आ रहा। सो असी लगातार रबता थोड़ा बनाए हुए हैं, थानू दिखा रहे हैं कि किस तरीके किदा पुलिस अग बुझाने की कोशिश कर रही है। लगातार लोगों सोशल डिस्टेंस का कहा जा रहा है कि सोशल डिस्टेंस मेनटेन रखो। सो अंदर दो अधिकारी गए हैं, देखने योग होगा कि अंदर क्या पता लगता है कितने अग लगी है किस तरीके अग किन्नी है क्योंकि हुण जो कहा जा रहा है कि अगे नालों अग घटी है। जिदा कि एस एच ओ सिटी जगजीत सिंह दस रहा है कि शॉर्ट सर्किट करके अग है। सो ये तस्वीर सीधियां तुसी देख रहे हो। बैंक ऑफ इंडिया दी तस्वीर ने, मैं कहांगा तुसी देख सकते हो किस तरीके अधिकारी जांच कर रहे हैं, देख रहे हैं कि जिहड़े अंदर गए ने वो ठीक ठाक ने क्योंकि ऑक्सीजन की कमी आ रही है। साह लैन च दिक्कत इत्थे बहुत ज़्यादा दिक्कत हुई पई है साह लैन दे विच। हुण फिर कोशिश की जा रही है कि जिथे हजे भी थोड़ी मोटी अग है उन्हूं बुझाया जाए। पुलिसमैन बैठे इंस्ट्रक्शन दे रहे हैं, बाहर दस रहे हैं क्योंकि आ वीर ने पानी चलाना है, उस तो बाद अंदर पानी चलाया जाएगा। तुम ये तस्वीर सीधिया देख रहे हो जगराओं दी तस्वीर ने यह बैंक ऑफ इंडिया के बाहरों। तुम देख सकते हो कि अग भयानक है, धुआं बहुत खतरनाक धुआं है जोड़ा साढ़े तक इतने तक पहुँच रहा है। सो ये किस तरीके बुरा हाल है। सो अग भयानक है जिदा तुम देख रहे हो, बाहर नहीं खड़ हो पा रहा क्योंकि धुआं बहुत ज्यादा है। सो भाई जी तुसी अंदरों आए हो, अंदर किदां दे हालात ने जी? अंदर बहुत कुछ सड़िया पई। किन्ना कु नुकसान है? नुकसान बहुत ज़्यादा जी। तुसी ठीक हो? सा आ रहे हैं अंदर? आ रहे हैं। कोई ऑक्सीजन मास्क वगैरह थानू सरकार राही दिते गए ने कि नहीं जी? हाँ जी दिते गए। ठीक है। सो ये योदा है जिहड़ा अंदरों आया, अंदर अंदर दे हालात साडे नाल सांझे कर रहा कि अंदर किन्नी भयानक अग है। ठीक ने वो कह रहे, मैं बिल्कुल ठीक हाँ, बाहर नहीं खड़ हो पा रहा, इहदा मतलब है कि अंदर इस तों भी ज़्यादा दिक्कत है। ये तस्वीरां थानू असीं लाइव दिखा रहे हैं। आ मम्मी तो कर लिया।
सो प्लीज जिहड़े फायरमैन ने उन्होंने दस रही है कि अंदर किस तरीके जाना है। तुसीं बैंक के अधिकारी भी सामने आए ने, उन्होंने भी बुलाया गया है। बैंक के अधिकारियों रबता कायम करके उन्होंने अंदर ले जाया जा रहा है। तुसीं देख सकते हो बैंक के अधिकारी अंदर जा रहे हैं। बैंक के अधिकारी अंदर जाते हुए लाइव तस्वीरें तुसीं देख रहे हो। सो अंदाजा लगाया जाएगा कि कितना नुकसान होया है, नुकसान की पूर्ति कितना करनी है। सो किस तरीके पूर्ति करनी है तुसीं देख सकते हो। साढ़े नाल सब इंस्पैक्टर हीरा सिंह जी। सर कदों की अग लगी है जी, किन्ने बजे घटना हुई? मेरी सवा सत तो सत्त के बच्चे, सत तो साढ़े सत्त के बच्चे बैठे जी। तुम अंदर जाके आए सर, अंदर की हालात ने? हालात शॉर्ट सर्कट होया जी जी, तो वो करके अग लगी। वैसे हम कंट्रोल है, स्थिति कंट्रोल है। मे भी धुआं ही रह गया, इतने काबू पाया जाएगा भी ठीक हो। नुकसान की कोई पूर्ति पता लगे भी किन्नी हुई है जी? ये तो बैंक मुलाजम दसणगे कि इन्हों का की नुकसान है। की बैंक अधिकारी आ चुके हैं? बैंक अधिकारी मौके पर ने जी। जी धन्यवाद सर। सो तुम देख रहे थी सब इंस्पैक्टर हीरा सिंह जो कि अंदर जाके आए हैं, थानू हालात दसते हैं कि इदा के हालात ने। सो जिदा भी अगली खबर आएगी तो साझी की जाएगी। सुख जगराओं, धन्यवाद। तुम देख रहे हैं।